ਛੋਟੇ ਸਕੂਲਾਂ ਦੇ ਬੱਚਿਆਂ ਨਾਲ ਗੱਲਾਂ ਕਰਨ ਦਾ ਮੌਕਾ ਬਖਸ਼ਿਆ। ਅਸੀਂ ਪੰਜਾਬ ਦੇ ਲੋਕ ਉਹ ਲੋਕ ਆ ਜਿਨ੍ਹਾਂ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ, ਉਹਨਾਂ ਗੁਰਾਂ ਦੇ ਨਾਮ 'ਤੇ ਜਿਨ੍ਹਾਂ ਨੇ ਕਿਹਾ ਸ਼ਬਦ ਸਾਡਾ ਗੁਰੂ ਹੈ, ਸ਼ਬਦ ਸਾਡੀ ਸ਼ਕਤੀ ਹੈ, ਸ਼ਬਦ ਬਿਨਾਂ ਅਸੀਂ ਅਧੂਰੇ ਹਾਂ, ਇਹ ਸ਼ਬਦ ਸਾਨੂੰ ਪੂਰੇ ਕਰਦਾ ਹੈ। ਸੋ ਅਸੀਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਅੱਜ ਸਾਰੇ ਲੋਕ ਸ਼ਬਦ ਰਾਹੀਂ, ਸਿਰਜਣਾ ਰਾਹੀਂ, ਕਿਤਾਬ ਰਾਹੀਂ, ਕਵਿਤਾ ਕਹਾਣੀ ਅਤੇ ਨਾਵਲ ਰਾਹੀਂ ਪੂਰੇ ਹੋਣ ਵਾਸਤੇ ਇਕੱਠੇ ਹੋਏ ਹਨ। ਬਹੁਤ ਹੀ ਸਤਿਕਾਰਯੋਗ ਦੋਸਤੋ, ਮੇਰੀ ਜਿਸ ਕਿਤਾਬ ਬਾਰੇ ਬੋਲਣ ਦੀ ਡਿਊਟੀ ਲੱਗੀ ਹੈ ਉਹ ਕਿਤਾਬ ਕੂੜੇ ਕੰਡੇ ਕਹਾਣੀਕਾਰ ਰਜਨੀ ਹੁਣਾਂ ਦੀ ਮਿੰਨੀ ਕਹਾਣੀਆਂ ਦੀ ਕਿਤਾਬ ਹੈ। ਇਸ ਕਿਤਾਬ ਦੇ ਨਾਲ ਮੈਂ ਅਤੇ ਮੇਰੇ ਗੀਤ, ਮੇਰੇ ਜਜ਼ਬਾਤ, ਖੁਦਕਸ਼ੀ ਜਾਂ ਕਤਲ, ਇਹ ਕਿਤਾਬਾਂ ਵੀ ਲੋਕ ਅਰਪਣ ਹੋਈਆਂ ਨੇ। ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਤਮਾਮ ਕਿਤਾਬਾਂ ਦੇ ਲੇਖਕਾਂ ਨੂੰ ਤੁਹਾਡੇ ਵੱਲੋਂ ਅਤੇ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਪੇਸ਼ ਕਰਦਾ ਅਤੇ ਇਸ ਵਧਾਈ ਦੇ ਨਾਲ ਹੀ ਮੈਂ ਕੂੜੇ ਕੰਡੇ ਕਿਤਾਬ ਬਾਰੇ 5-7 ਮਿੰਟ ਤੁਹਾਡੇ ਨਾਲ ਇਸ ਉਮੀਦ ਨਾਲ ਗੱਲ ਸਾਂਝੀ ਕਰੂੰਗਾ ਕਿ ਤੁਸੀਂ ਧਿਆਨ ਨਾਲ ਸੁਣ ਰਹੇ ਹੋ। ਬਹੁਤ ਹੀ ਸਤਿਕਾਰਯੋਗ ਦੋਸਤੋ, ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਸਹਿਜ ਸੁਭਾਅ ਪੰਜਾਬੀ ਬੋਲਦੇ ਹਾਂ, ਪੰਜਾਬੀ ਲਿਖਦੇ ਹਾਂ, ਪੰਜਾਬੀ ਪੜ੍ਹਦੇ ਹਾਂ, ਸਾਨੂੰ ਸੁਪਨੇ ਵੀ ਪੰਜਾਬੀ ਦੇ ਵਿੱਚ ਆਉਂਦੇ ਨੇ। ਜਿਸ ਧਰਤੀ ਦੇ ਉੱਤੇ ਜਿਸ ਜ਼ੁਬਾਨ ਦੇ ਵਿੱਚ ਬੰਦਾ ਜੰਮਿਆ ਹੁੰਦਾ ਹੈ ਉਹਨੂੰ ਸੁਪਨੇ ਵੀ ਉਸੇ ਜ਼ੁਬਾਨ ਦੇ ਵਿੱਚ, ਮਾਂ ਬੋਲੀ ਦੇ ਵਿੱਚ ਆਉਂਦੇ ਹੁੰਦੇ ਨੇ। ਇਹ ਉਸ ਬੰਦੇ ਦੇ ਮਨੋਵਿਗਿਆਨ ਦਾ ਜਿਹੜਾ ਅਵਚੇਤਨ ਹੈ ਉਹਦੀ ਖਾਸ ਗੱਲ ਹੁੰਦੀ ਹੈ। ਲੇਕਿਨ ਜਿਹੜਾ ਪੰਜਾਬ ਤੋਂ ਬਾਹਰ ਬੈਠਾ ਬੰਦਾ, ਮੈਂ ਗੱਲ ਕਰਾਂ ਹਿਸਾਰ ਤੋਂ ਕਹਾਣੀਕਾਰ ਰਜਨੀ ਹੁਣੀ ਆਪਣੇ ਸਮੁੱਚੇ ਪਰਿਵਾਰ ਸਮੇਤ ਇਸ ਬਰਨਾਲੇ ਦੀ ਧਰਤੀ ਦੇ ਉੱਤੇ ਆਏ ਨੇ। ਇਹ ਉਹ ਲੋਕ ਨੇ, ਇਹ ਉਹ ਪਰਿਵਾਰ ਹੈ ਜਿਹੜਾ ਪੰਜਾਬ ਤੋਂ ਬਾਹਰ ਬੈਠ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਸੇਵਾ ਤੋਂ ਭਾਵ ਸਿਰਜਣਾ ਕਰ ਰਿਹਾ, ਲਿਖ ਪੜ੍ਹ ਰਿਹਾ ਔਰ ਬੱਚਿਆਂ ਨੂੰ ਪੜ੍ਹਾ ਰਿਹਾ। ਨਿਸ਼ਚਿਤ ਤੌਰ ਦੇ ਉੱਤੇ ਕਹਾਣੀਕਾਰ ਰਜਨੀ ਐਸੇ ਤਰ੍ਹਾਂ ਸਕੂਲ ਦੇ ਵਿੱਚ ਲੈਕਚਰਾਰ ਨੇ, ਬੱਚਿਆਂ ਨਾਲ ਰੋਜ਼ ਰੂਬਰੂ ਹੁੰਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਨੇ ਔਰ ਖਾਸ ਗੱਲ ਇਹ ਆਪ ਵੀ ਪੜ੍ਹਦੇ ਨੇ, ਸਾਹਿਤ ਪੜ੍ਹਦੇ ਨੇ। ਪੜ੍ਹਦੇ ਪੜ੍ਹਦੇ ਦੋਸਤੋ, ਕਦੋਂ ਮਾਂ ਬੋਲੀ ਪੰਜਾਬੀ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਜਿਹੜੇ ਪੋਟੇ ਨੇ ਉਹ 'ਚ ਜਿਹੜਾ ਪੈੱਨ ਫੜਿਆ ਹੁੰਦਾ ਕਲਮ, ਉਹ ਕਹਾਣੀਆਂ ਲਿਖਣ ਲੱਗਿਆ, ਸ਼ਾਇਦ ਇਹਨਾਂ ਨੂੰ ਵੀ ਪਤਾ ਨਹੀਂ। ਕਹਾਣੀਕਾਰ ਰਜਨੀ ਮਹਿਜ ਵਾਹਦ ਇੱਕ ਐਸੇ ਕਹਾਣੀਕਾਰ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਮਾਂ ਬੋਲੀ ਪੰਜਾਬੀ ਦਾ ਦੀਵਾ ਬਾਲਿਆ। ਇਹਨਾਂ ਨੇ ਉਸ ਦੀਵੇ ਦੀ ਰੌਸ਼ਨੀ ਦੇ ਵਿੱਚ, ਜਿੱਥੇ ਮੱਥੇ ਦੇ ਵਿੱਚ ਬਿੰਦੀ ਲਾਈਦੀ ਹੈ, ਇਹਨਾਂ ਦੇ ਅੱਖਰ ਸ਼ਬਦ ਅਤੇ ਵਿਚਾਰ ਲੱਗਿਆ ਹੋਇਆ ਔਰ ਜਿਸ ਸ਼ਖਸੀਅਤ ਦੇ ਮੱਥੇ ਦੇ ਉੱਤੇ ਅੱਖਰ ਸ਼ਬਦ ਅਤੇ ਵਿਚਾਰ ਛਪਿਆ ਹੋਵੇ, ਲੱਗਿਆ ਹੋਵੇ, ਉਹਦੇ ਉੱਤੇ ਉਹ ਇੱਕ ਨਾ ਇੱਕ ਦਿਨ ਕਹਾਣੀ, ਕਵਿਤਾ, ਨਾਵਲ, ਸਾਹਿਤ ਦੀ ਕਿਸੇ ਵਿਧਾ ਨਾਲ ਪ੍ਰਣਾਇਆ ਜਾਂਦਾ, ਜਿਵੇਂ ਰਜਨੀ ਹੁਣੀ ਪ੍ਰਣਾਏ ਹੋਏ। ਕੁੜੇ ਕੰਡੇ ਅਸੀਂ ਹੁਣੇ ਹੁਣੇ ਜਿਹੜੀ ਲੋਕ ਅਰਪਣ ਕੀਤੀ ਹੈ, ਇਸ ਕਿਤਾਬ ਦੇ ਵਿੱਚ ਦੋਸਤੋ 50 ਮਿੰਨੀ ਕਹਾਣੀਆਂ ਨੇ ਔਰ 50 ਮਿੰਨੀ ਕਹਾਣੀਆਂ ਐਸੀਆਂ ਕਹਾਣੀਆਂ ਨੇ
ਜਿਹੜੀਆਂ ਸਾਡੇ ਸਮਕਾਲੀ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਕੰਡੇ ਨੇ ਆਉਂਦੇ ਆ। ਜਦੋਂ ਅਸੀਂ ਕੰਡਿਆਂ ਨੂੰ ਪੂਰੇ ਆਖਦੇ ਹਾਂ ਤਾਂ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਦੀ ਪੀੜ ਹੈ ਜਿਹੜੀ, ਇਹ ਐਸੇ ਯਾਨਰ ਨੇ, ਇਹ ਐਸੇ ਹਥਿਆਰ ਨੇ ਜਿਸ ਬੰਦੇ ਦੇ ਹੱਥ ਦੇ ਵਿੱਚ ਆ ਗਏ, ਜਿਹਨੂੰ ਇਹ ਚਲਾਉਣੇ ਆ ਗਏ, ਲਾਜ਼ਮੀ ਤੌਰ ਦੇ ਉੱਤੇ ਉਹ ਕੰਡਿਆਂ ਦੀ ਜਿਹੜੀ ਤਿੱਖੀ ਪੀੜ ਹੈ ਉਹਨੂੰ ਪੂਰੀ ਕਰਨ ਦਾ ਜਿਹੜਾ ਹੁਨਰ ਹੈ ਉਹ ਪ੍ਰਾਪਤ ਕਰ ਲੈਂਦਾ। ਕੁਦਰਤ ਦੀ, ਸ਼ਬਦ ਗੁਰੂ ਦੀ ਇਹਨਾਂ ਦੇ ਉੱਤੇ ਬਖਸ਼ਿਸ਼ ਹੋਈ ਹੈ, ਮਿਹਰ ਹੋਈ ਹੈ ਕਿ ਇਹ ਇਸ ਯੋਗ ਹੋਏ ਨੇ।